ਕਰਕੇ ਕੀ ਕਹਿੰਦੇ ਕਿ ਬਾਅਦ ਜਨਰੇਸ਼ਨ ਨੂੰ ਯਾਦ ਆ। थोड़ा वाइड हो जाए, थोड़ा वाइड हो जाए, देख सकते हो पाकिस्तान गवर्नमेंट पंजाब सर इधर आ जाओ कैमरा मैन वो भी इतने मौजूद ने गवर्नर साहब भी इतने आए ने कवरेज से चौधरी मोहम्मद साहब जी चौधरी मोहम्मद सरवर जी गवर्नर पंजाब इतने मौजूद ने सर मैं जी इतने पंजाब के लोगों वालों पाकिस्तान के लोगों वालों ਤੁਹਾਨੂੰ ਇੱਥੇ ਵੈਲਕਮ ਕਰਦਾ ਜੀ ਆਇਆਂ ਨੂੰ ਕਹਿੰਦੇ ਸਾਡੇ ਲਈ ਬੜੀ ਖੁਸ਼ਕਿਸਮਤੀ ਗੱਲ ਹੈ ਅਸੀਂ ਬਾਬੂਆ ਗੁਰੂ ਨਾਨਕ ਜੀ ਦੀ 50ਵੀਂ ਜਨਮ ਦਿਨ ਜਿਹੜਾ ਹੈਗਾ ਮਾਸ਼ਾਅੱਲਾ 550ਵਾਂ ਮਨਾ ਰਹੇ ਹਾਂ ਔਰ ਪਾਕਿਸਤਾਨ ਦੇ ਲੋਕ ਲੁੱਕ ਫਾਰਵਰਡ ਕਰ ਰਹੇ ਨੇ ਕਿ ਇੰਡੀਆ ਭਰਾ ਔਰ ਭੈਣਾਂ ਸਾਡੀਆਂ ਇੱਥੇ ਆਏ ਨੇ ਔਰ ਅੱਜ ਤੁਸੀਂ ਪਾਲਕੀ ਇੱਥੇ ਲੈ ਕੇ ਆਏ ਹੋ ਅਸੀਂ ਉਹ ਵੀ ਵੈਲਕਮ ਕਰਦੇ ਹਾਂ ਉਸ ਤੋਂ ਬਾਅਦ ਮੇਰਾ ਖਿਆਲ ਨਨਕਾਣਾ ਜਾਣਾ ਹੈ ਨਨਕਾਣਾ ਤੋਂ ਬਾਅਦ ਅਸੀਂ ਫਿਰ ਕਰਤਾਰਪੁਰ ਨੂੰ ਜਾਵਾਂਗੇ ਔਰ ਮੈਂ ਉੱਥੇ ਵੀ ਹਾਜ਼ਰ ਹੋਵਾਂਗਾ ਪਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਭਰਾ ਜਿਹੜੇ ਨੇ ਇੰਡੀਆ ਤੋਂ ਔਰ ਸਿੱਖ ਕਮਿਊਨਿਟੀ ਦੇ ਲੋਕ ਇੱਥੇ ਆਏ ਨੇ ਔਰ ਇੱਥੇ ਦੇ ਲੋਕ ਇਹਨਾਂ ਨੂੰ ਦਿਲ ਤੋਂ ਚਾਹੁੰਦੇ ਨੇ ਅਤੇ ਦਿਲ ਤੋਂ ਵੈਲਕਮ ਕਰਦੇ ਸਰ ਇਹ ਸਭ ਕੀ ਕਹਿਣਾ ਚਾਹੋਗੇ ਫਾਈਨਲੀ ਇੰਨੇ ਇਲਜ਼ਾਮ ਭਰੋਸੇ ਤੋਂ ਬਾਅਦ ਅੱਜ ਅਸੀਂ ਸਭ ਕੁਛ ਖਤਮ ਹੋ ਗਿਆ ਅੱਜ ਸਭ ਕੁਛ ਸਾਫ਼ ਹੋ ਗਿਆ ਅੱਜ ਅਸੀਂ ਆਪਣੇ ਸਫਲਤਾ ਦੇ ਵਿੱਚ ਮੈਂ ਸਮਝਾਂ ਵੀ ਗਵਰਨਰ ਪੰਜਾਬ ਸਾਹਿਬ ਦਾ ਸਾਰੇ ਹਕੂਮਤ ਦਾ ਚੀਫ ਮਿਨਿਸਟਰ ਸਾਹਿਬ ਦਾ ਪ੍ਰਾਈਮ ਮਿਨਿਸਟਰ ਸਾਹਿਬ ਦਾ ਸਾਰੇ ਚੇਅਰਮੈਨ ਸਾਹਿਬ ਹੋਰ ਅਧਿਕਾਰਾਂ ਦਾ ਇਮਰਾਨ ਸਾਹਿਬ ਦਾ ਸਾਰੀ ਗਿਣਤ ਨਾ ਹੈਗਾ ਜਿਹਨਾਂ ਦੀ ਬਹੁਤ ਵੱਡੀ ਦੇਣ ਹੈ ਇਸ ਨਗਰ ਕੀਰਤਨ ਨੂੰ ਲਿਆਉਣ ਦੀ ਔਰ ਬੜੇ 4-5 ਸਾਲ ਦੀ ਮੈਂ ਗੁਰਦੁਆਰਾ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਇਹਨਾਂ ਨੇ ਸਾਡਾ ਬੇਨਤੀ ਪੱਤਰ ਕੁਰਬਾਨ ਕਰਕੇ ਮਕਸੂਦੀਆਂ ਜੋੜ ਕੇ ਅੱਜ ਇੱਥੇ ਗੁਰੂ ਦੀ ਆਮਦ ਦੇ ਸ਼ਾਮਤ ਹੈ ਮੈਂ ਸਾਰੀ ਕੌਮ ਵੱਲੋਂ ਗਵਰਨਰ ਸਾਹਿਬ ਕਹਿੰਦਾ ਤਹਿ ਦਿਲੋਂ ਇਹਨਾਂ ਦਾ ਸ਼ੁਕਰਗੁਜ਼ਾਰ ਪਾਕਿਸਤਾਨ ਗੋਡਲ ਪੱਤਰ ਕਮੇਟੀ ਦੇ ਸ਼ਾਇਦ ਮਹਿੰਦਰ ਸਿੰਘ ਜੀ ਸ਼ਾਇਦ ਜਿਹਨਾਂ ਮਹਿੰਦਰਪਾਲ ਸਿੰਘ ਜੀ ਇੱਥੇ ਮੌਜੂਦ ਨੇ ਕੀ ਕਹਿਣਾ ਚਾਹੋਗੇ ਜੀ ਮੈਂ ਗਵਰਨਮੈਂਟ ਪੰਜਾਬ ਦੇ ਨੁਮਾਇੰਦਾ ਚੀਫ ਮਿਨਿਸਟਰ ਸਾਹਿਬ ਦੇ ਅੱਜ ਇਸ ਮੈਦਾਨੀ ਮੈਂ ਆਇਆ ਮੈਂ ਸਮਝਦਾ ਕਿ ਅਸੀਂ ਸਾਰੀ ਸਿੱਖ ਸੰਗਤ ਪਾਕਿਸਤਾਨ ਵੱਲੋਂ ਜੀ ਪਾਕਿਸਤਾਨ ਕਮੇਟੀ ਦੇ ਪ੍ਰਧਾਨ ਸਾਹਿਬ ਸੁਖਵੰਤ ਸਿੰਘ ਜੀ ਵੀ ਸਾਡੇ ਨਾਲ ਮੌਜੂਦ ਨੇ ਹੁਣੇ ਹੁਣੇ ਅਸੀਂ ਪਹੁੰਚੇ ਹੈਗਾ
Thank you.